ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ, ਸਰਦਾਰ ਜੀ ਕੋਲ ਪਿੰਡੋਂ ਫੋਨ ਆਇਆ ਸੀਗਾ। ਹਾਂਜੀ। ਅਤੇ ਉਦੋਂ ਪਤਾ ਲੱਗਿਆ ਕਿ ਮੁੰਡਾ ਖਾਲੇ ਦੇ ਵਿੱਚ ਡਿੱਗਿਆ ਪਿਆ ਸੀ, ਰਾਤ ਦਾ ਇਹਦਾ ਐਕਸੀਡੈਂਟ ਹੋਇਆ ਸੀਗਾ। ਅਤੇ ਇਹਦੇ ਭਰਾ ਦਾ ਮੇਰੇ ਕੋਲ ਫੋਨ ਆਇਆ ਅਤੇ ਉਹ ਕਹਿੰਦਾ ਕਹਿੰਦਾ ਮੇਰਾ ਭਰਾ ਦਾ ਐਕਸੀਡੈਂਟ ਹੋਇਆ ਤਾਂ ਉਹ ਬੇਹੋਸ਼ ਹੋਇਆ ਪਿਆ ਜੀ। ਹਾਂਜੀ। ਤੁਸੀਂ ਜਾ ਕੇ ਤਾਂ ਮਾੜਾ ਜਿਹਾ ਉਹਨੂੰ ਦੇਖੋ ਧਿਆਨ। ਅਤੇ ਮੈਂ ਜਦੋਂ ਉੱਥੇ ਗਿਆ ਜੀ, ਮੈਂ ਪਤਾ ਕੀਤਾ, ਬਾਅਦ 'ਚ ਸਰਦਾਰ ਜੀ ਦਾ ਨੰਬਰ ਲਿਆ, ਮੈਂ ਪਤਾ ਕੀਤਾ ਜੀ, ਤਾਂ ਸਰਦਾਰ ਜੀ ਕਹਿੰਦੇ ਕਹਿੰਦੇ ਬਾਈ ਉਹ ਤਾਂ ਉਹਦੀ ਡੈਥ ਹੋ ਚੁੱਕੀ ਆ। ਹਾਂਜੀ। ਫਿਰ ਜਦੋਂ ਸਰਦਾਰ ਜੀ ਦਾ ਗੱਲ ਨਾਲ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਤੁਸੀਂ ਐਂ ਕਰੋ ਜੇਤੋ ਆ ਜਾਓ, ਉਹਦੀ ਤਾਂ ਡੈਥ ਹੋਈ ਹੈ ਜੀ, ਤਾਂ ਉੱਥੇ ਚੱਲੇ ਲੈ ਕੇ ਤੁਸੀਂ ਉੱਥੇ ਆ ਜਾਓ। ਕਿੰਨੀ ਉਮਰ ਕਿੰਨੀ ਸੀਗੀ ਇਹਦੀ? ਸਰ ਕੋਈ ਹੋਊਗੀ 28 ਸਾਲ ਦੀ ਉਮਰ ਹੋਊਗੀ। ਕੀ ਨਾਮ? ਕੀ ਇਹਨਾਂ ਦਾ ਕੰਮ? ਕੀ ਕਰਦੇ? ਅਜੇ ਆ ਨਾ, ਇਹ ਮਾਰਬਲ ਦਾ ਕੰਮ ਕਰਦਾ ਸੀਗਾ ਜੀ, ਤੇ ਮੜਾਕ ਪਿੰਡ ਦੇ ਵਿੱਚ ਇਕੱਲਾ ਹੀ ਰਹਿੰਦਾ ਹੁੰਦਾ ਸੀਗਾ, ਇਹਦੇ ਪਹਿਲਾਂ ਇਹਦਾ ਭਰਾ ਵੀ ਰਹਿੰਦਾ ਹੁੰਦਾ ਸੀਗਾ ਜੀ, ਠੀਕ ਹੈ, ਉਹਦੇ ਬਾਅਦ ਉਹ ਭਰਾ ਇਹਦਾ ਇਹਦੇ ਵਿਆਹ ਹੋ ਗਿਆ, ਉਹ ਜਾਵੜਿਆ ਸੀਗਾ ਜੀ, ਇਕੱਲਾ ਇੱਥੇ ਕੰਮ ਕੁੰਮ ਕਰਦਾ ਸੀ ਜਿਹੜਾ। ਨਹੀਂ, ਹੁਣ ਇਹ ਕਿੱਥੇ ਜਾ ਰਿਹਾ ਸੀਗਾ? ਇਹ ਸਰ ਉੱਥੇ ਮੜਾਕ ਹੀ ਰਹਿੰਦਾ ਹੁੰਦਾ ਸੀ, ਉੱਥੇ ਆਉਂਦਾ ਹੋਊਗਾ ਰੋਟੀ ਰਾਟੀ ਬਣਾਉਣ ਵਾਸਤੇ ਆਪਦਾ ਘਰੇ ਘੁਰੇ, ਫਿਰ ਉਸ ਹਿਸਾਬ ਨਾਲ। ਜਿਹੜੀ ਡੈਥ ਹੋਈ ਉਹ ਕਿੱਥੇ ਹੋਈ ਹੈਗੀ? ਇਹ ਡੈਥ ਮੜਾਕ ਦੇ ਵਿੱਚ ਕਹੀ ਜਾਂਦੇ ਸਰ, ਇਹ ਸੂਚਨਾ ਮਿਲੀ ਸੀ ਪ੍ਰਸ਼ਾਸਨ ਵੱਲੋਂ ਵੀ ਇੱਕ ਮੋਟਰਸਾਈਕਲ ਚਾਲਕ ਵਾਹਨ ਉਤਰ ਗਿਆ ਪਿਆ ਰਾਤ ਦਾ ਹੀ ਆ। ਤੁਰੰਤ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚੇ, ਗੱਡੀ ਲੈ ਕੇ ਐਂਬੂਲੈਂਸ ਵਗੈਰਾ ਅਤੇ ਟੀਮ ਆਪਣੀ, ਉੱਥੇ ਜਾ ਕੇ ਦੇਖਿਆ ਕਿ ਇੱਕ ਬੰਦਾ ਮ੍ਰਿਤਕ ਪਿਆ ਵਾਹਨ ਵਿੱਚ, ਉਸਨੂੰ ਪੁਲਿਸ ਦੀ ਦੇਖ ਰੇਖ ਹੇਠ ਵਿੱਚ ਹੀ ਚੱਕਿਆ ਅਤੇ ਜੈਟੋ ਦੇ ਸਰਕਾਰੀ ਸਿਵਲ ਹਸਪਤਾਲ 'ਚ ਲੈ ਕੇ ਆਏ ਹਾਂ। ਬਾਕੀ ਇਹਨਾਂ ਦੀ ਕੋਈ ਵੀ ਪਤਾ ਲੱਗਦਾ ਵੀ ਕੀ ਕਾਰਨ ਆ ਮੌਤ ਦਾ, ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ। ਕੋਈ ਪਹਿਚਾਣ ਹੋਈ ਹੈ ਕਿੱਥੇ? ਪਹਿਚਾਣ ਇਹਦੀ ਵੀ ਅਜੇ ਦਾ ਦੱਸ ਰਹੇ ਆ, ਯੂਪੀ ਦਾ ਰਹਿਣ ਵਾਲਾ, ਬਿਹਾਰ ਦਾ, ਅਤੇ ਯੂਪੀ ਬਿਹਾਰ ਦਾ ਰਹਿਣ ਵਾਲਾ। ਕੀ ਕੰਮ ਕੀ ਕਰਦਾ? ਇਹ ਪੱਥਰ ਦਾ ਕੰਮ ਕਰਦਾ, ਅੱਜ ਕੱਲ੍ਹ ਮੜਾਕ ਰਹਿ ਰਿਹਾ ਸੀਗਾ 14-15 ਸਾਲਾਂ ਤੋਂ। ਐਕਸੀਡੈਂਟ ਕੋਈ ਹੋਇਆ? ਕਾਹਦੇ ਨਾਲ ਹੋਇਆ? ਕਾਰਨ ਵਾਲੇ ਪਤਾ ਨਹੀਂ ਲੱਗਿਆ, ਤਫਤੀਸ਼ ਕਰ ਰਹੀ ਹੈ ਪੁਲਿਸ। ਇੱਕ ਮੜਾਕ ਪਿੰਡ ਤੋਂ ਫੋਨ ਆਇਆ ਸੀਗਾ ਜੀ, ਵੀ ਇੱਕ ਝੋਨੇ ਦੇ ਵਿੱਚ ਪਿੰਡ ਗੋਡੀ ਪਈ ਹੈ ਜੀ। ਅਸੀਂ ਉੱਥੇ ਗਏ, ਜਾ ਕੇ ਵੇਖਿਆ ਮੋਟਰਸਾਈਕਲ, ਇਹ ਪਤਾ ਲੱਗਿਆ ਅਜੇ ਕੁਮਾਰ ਆ ਮੁੰਡੇ ਦਾ ਨਾਂ ਜੀ। ਇਹ ਪੱਥਰ ਦਾ ਕੰਮ ਕਰਦਾ ਸੀ ਕਾਫੀ ਦੇਰ ਤੋਂ, ਮੜਾਕ ਪਿੰਡ ਰਹਿੰਦਾ ਸੀਗਾ ਇਹ ਜੀ। ਪੱਥਰ ਲਾ ਕੇ ਤੇ ਉਹਨਾਂ ਦੀ ਉੱਥੇ ਮੋੜ ਪੈਂਦਾ, ਮੋੜ ਤੋਂ ਕਿਤੇ ਮੋਟਰਸਾਈਕਲ ਝੋਨੇ ਸਲਿਪ ਹੋ ਗਿਆ, ਲੈਗ ਡੁੱਗ ਪਿਆ ਉੱਥੇ। ਇਹ ਅਸੀਂ ਚੜ੍ਹਦੀ ਕਲਾ ਸਟੱਡੀ ਵਾਲਿਆਂ ਦੀ ਮਦਦ ਨਾਲ ਰੇਟ ਗੋਡੀ ਕੱਢ ਕੇ ਲੈ ਕੇ ਆਏ ਜੀ, ਜਿਹੜੇ ਪਾਣੀ ਉੱਥੋਂ ਨੰਨ ਕੇ ਪਾਣੀ ਦੀ ਰੁੱਤ ਪਈ ਸੀ ਠੀਕ ਹੈ। ਉੱਥੋਂ ਲਿਆ ਕੇ ਤੇ ਅਸੀਂ ਆਪਣਾ ਸਿਵਲ ਹਸਪਤਾਲ ਜੈਤੋ ਹੋਏ ਗਏ, ਮੋਚੀ ਵਿੱਚ ਰੇਟ ਗੋਡੀ ਰੱਖਤੀ ਹੈ ਜੀ। ਇਹਦੇ ਬਾਅਦ ਸਾਰੇ ਉਹ ਤੋਂ ਬਾਅਦ ਬੰਦ ਕਰ ਰਹੇ।